ਤੂੰ ਕੌਣ ਹੈ ਮੈਨੂੰ ਕਹਿਣ ਵਾਲੀ? ਆਪ ਤੇ ਤੂੰ ਆਪਣੇ ਸਾਰੇ ਬੱਸਿਆ ਨੀ ਗਿਆ, ਇੱਥੇ ਆਣ ਕੇ ਬੜੀਆਂ ਝਾਤੀਆਂ ਦੀਆਂ ਫੁੱਕਣ ਤੂੰ ਤੂੰ ਨਾ ਬਕਵਾਸ ਬੰਦ ਕਰ ਲੈ, ਬਾਹਰ ਕਿਸੇ ਥਾਂ ਦੀ ਜੱਸ ਮੈਂ ਉਹ ਜਾ ਕੇ ਜਿੱਥੇ ਕਿਸੇ ਨੇ ਕਿਤਾਬ ਇਹਨੇ ਜੀਤ ਹੱਥ ਚੁੱਕਣ ਦੀ ਮੰਮੀ ਆ ਜਾਨੇ ਮੇਰੇ ਚਪੇੜ ਮਾਰਤੀ ਨਾ, ਅੱਜ ਨਹੀਂ ਮੈਂ ਇਹਨੂੰ ਛੱਡਣਾ, ਅੱਜ ਮੈਨੂੰ ਮਾਰ ਹੀ ਦੇਣਾ ਵਾ, ਮਾਰ ਹੀ ਲਾ ਹਾਂ ਤੂੰ ਮੈਨੂੰ, ਤੈਨੂੰ ਵੀ ਠੰਡ ਪੈ ਜਾਊਗੀ, ਮੈਂ ਨਹੀਂ ਇਹਨੂੰ ਛੱਡਣਾ ਹੈਗਾ, ਇਹਨੂੰ ਕੱਢੋ ਘਰੋਂ ਬਾਹਰ, ਨਿਕਲ ਚੱਲ ਨਿਕਲ ਨਿਕਲ ਨਹੀਂ ਮੈਂ ਇੱਥੇ ਤੋਂ ਬਾਹਰ, ਕਿਉਂ ਨਹੀਂ ਜਾਣਾਗਾ ਤੂੰ ਕੌਣ ਹੈ ਨਹੀਂ ਇੱਥੇ ਰਹਿਣ ਵਾਲੀ, ਨਿਕਲ ਇੱਥੋਂ ਤੂੰ ਮੈਨੂੰ ਦੇਖ ਤੈਨੂੰ ਕਿੱਦਾਂ ਮਾਰਿਆ ਵਾ, ਮੈਨੂੰ ਬੜਾ ਕਹਿੰਦੀ ਤੇਰੇ ਬੜੇ ਦੋ ਦੋ ਨਿਆਣੇ ਨੇ, ਚੱਲ ਨਹੀਂ ਆਵਾ ਨਿਕਲ ਬਾਹਰ ਕਰ ਚੱਲ ਛੱਡ ਦੋ ਮੈਨੂੰ ਚੱਲ ਆਹੋ ਨਿਕਲ ਘਰੋਂ ਬਾਹਰ, ਇੱਥੇ ਬੜਨੀ ਨਹੀਂ ਚਾਹੀਦੀ ਦਿਖਣੀ ਨਹੀਂ ਚਾਹੀਦੀ ਤੂੰ ਮੈਨੂੰ, ਨਹੀਂ ਜਾਣਾ ਮੈਂ ਤੂੰ ਕਿੱਦਾਂ ਤੂੰ ਮੈਨੂੰ ਕੱਢ ਲੋਗੀਆਂ, ਕਿਉਂ ਨਹੀਂ ਜਾਣਾ ਚੱਲ ਤੂੰ ਚੱਲ ਚੱਲ ਮੈਂ ਜੱਸ ਤੂੰ ਬਹੁਤ ਹੀ ਚੇਤੀ ਨਹੀਂ ਚੜੀ ਹੈ ਜਵਾਬ ਹੋਈ ਹੈ ਮੇਰੇ ਨਾਲ, ਛੱਡ ਮੈਨੂੰ ਕਿਉਂ ਛੱਡਦੀ ਨੂੰ ਤੂੰ ਮੈਨੂੰ ਕਿੱਦਾਂ ਖੜਾਈ, ਕਿ ਬਾਂ ਚੱਲਦੀ ਹੈ ਨਾ ਤੈਨੂੰ ਅੱਜ ਦੱਸ ਹੀ ਦੇਣਾ ਵਾ, ਮੰਮੀ ਕਿਹਾ ਉਹ ਕੁਛ ਤੋੜਾ ਇਹ ਲੱਤਾਂ ਇਹ ਲੱਤਾਂ ਤੇ ਮਾਰੋ ਜਰਾ, ਲੈ ਮੈਂ ਬਾਹਰ ਲੱਭਣ ਰਿਹਾ ਤੇ ਇੱਥੇ ਲੰਮੀ ਪਈ ਆ, ਲੱਭਦੀ ਮੰਮੀ? ਹਾਂਜੀ ਓਏ ਉੱਠ, ਮੈਂ ਕੋਈ ਰੋਟੀ ਪਾਣੀ ਦਾ ਕਰ, ਭੁੱਖ ਬੜੀ ਲੱਗੀ ਆ, ਗੱਲ ਸੁਣੋ ਹਾਂ, ਅੱਜ ਮੇਰਾ ਸਰੀਰ ਨਹੀਂ ਠੀਕ, ਲੱਤਾਂ ਆਪਣਾ ਟੁੱਟਣ ਭੱਜਣ ਡਈਆਂ, ਸਾਰਾ ਸਰੀਰ ਜਿੱਦਾਂ ਬੁਖਾਰ ਜਾ ਹੋ ਗਿਆ ਵਾ, ਬੁਖਾਰ ਕਾਹਦਾ ਨਾ ਹੋ ਗਿਆ ਤੈਨੂੰ? ਪਤਾ ਨਹੀਂ ਕੀ ਗੱਲ ਵਾ, ਦਿਨੋਂ ਦਿਨ ਸਰੀਰ ਠਾਂ ਠਾਈ ਜਾਂਦਾ, ਬਥੇਰਾ ਆਪਣੇ ਤੋਂ ਤੁਰੀ ਫਿਰਨੀ ਆ, ਵੀ ਚੱਲ ਮੈਂ ਤੁਰੂ ਫਿਰੂੰਗੀ ਤੇ ਸਰੀਰ ਠੀਕ ਰਹੂਗਾ, ਹੁਣ ਮੇਰੀ ਵਾਹ ਨਹੀਂ ਗੀ ਤੇ ਦੱਸੋ ਮੈਂ ਵੀ ਕੀ ਕਰਾਂ, ਵੇਖਣ ਨੂੰ ਚੰਗੀ ਭਲੀ ਲੱਗਣ ਡਈ ਆ, ਜਦੋਂ ਮੈਂ ਗਿਆ ਉਦੋਂ ਤੋਂ ਬਾਹਰ ਤੁਰੀ ਫਿਰਨ ਡਈ ਆ, ਨਿੱਕਾ ਮੋਟਾ ਕੰਮ ਕਰਨੇ ਆਉਂਦਿਆਂ ਉਸੇ ਵੇਲੇ ਆਇਆ ਮੈਂ, ਤੂੰ ਹੁਣ ਆਨੀ ਆ, ਮੈਂ ਠੀਕ ਨਹੀਂ ਬਿਮਾਰ ਹੋ ਗਈ ਆ, ਤੁਹਾਨੂੰ ਪਤਾ ਮੈਂ ਠੀਕ ਹੋਊਂ, ਮੈਂ ਜਾ ਕੇ ਨਾ ਨਹੀਂ ਠੀਕ, ਮੈਂ ਤੇ ਇੰਨੀ ਤੰਗ ਵਾਂ ਤੇ ਫਿਰ ਵੀ ਨਹੀਂ ਬਹਿੰਦੀ ਹੈਗੀ ਵੀ ਫਿਰ ਵੀ ਮੈਂ ਨਹੀਂ ਬਹਿਣਾ ਨਹੀਂ ਬਹਿਣਾ, ਆ ਦਵਾ ਯਾਰ ਮੈਂ ਹਾਂ ਰੋਟੀ ਰਾਟੀ ਖਾ ਕੇ ਆਉਂਦਾ ਵਾਂ, ਉਹ ਬੰਦਾ ਖੜ ਕੇ ਨਾਲ ਕੋਈ ਖਾਰ ਖੂਰ ਪਾਉਂਦਾ ਮੈਂ ਕਦਾ ਬੋਰਾ, ਮੈਂ ਤੇ ਇੱਕ ਗੱਲ ਕਹਿਣ ਦੀ ਹੈ, ਹਾਂ ਕੁੜੀ ਨੂੰ ਲਾ ਹਾਂ ਫੋਨ ਆ ਜਾਏ ਤੇ ਮੇਰੇ ਕੋਲ ਦੋ ਦਿਨ ਰਹਿ ਜਾਏ ਨਹੀਂ ਤੇ, ਨਵ ਨੂੰ ਨਵਪੁੱਤ ਕੀ ਹਾਲ ਆ, ਹੋਰ ਸੁਣਾ ਠੀਕ ਠਾਕ ਸਾਰੇ? ਆਹੋ ਪੁੱਤ ਵੀਰ ਤੇ ਤੇਰਾ ਠੀਕ ਵਾ, ਖੇਡਣ ਗਿਆ ਸੀ ਬਾਹਰ ਨਿਆਣਿਆਂ ਨਾਲ, ਮੰਮੀ ਤੇਰੀ ਨਹੀਂ ਠੀਕ, ਇਹਨੂੰ ਹੁਣ ਪਤਾ ਨਹੀਂ ਕੀ ਹੋਇਆ ਜੀ, ਉਹ ਮੈਂ ਬਾਹਰੋਂ ਆਇਆ ਤਾਂ ਦੀ ਬੁਖਾਰ ਚੜਿਆ ਵਾ, ਸਰੀਰਾਂ ਦੀ ਟੁੱਟਦਾ ਭੱਜਦਾ ਵਾ, ਆਹੋ ਲਿਆ ਕੇ ਦੇਣਾ ਦਵਾਈ, ਉਹ ਕਹਿਣ ਡਈ ਸੀ ਨਵ ਨੂੰ ਕਹਿ ਦੇ ਵੀ ਚੱਲ ਆ ਜਾ ਤੂੰ ਦੋ ਤਿੰਨ ਦਿਨ ਰਹਿ ਜਾ ਇੱਥੇ, ਠੀਕ ਹੋ ਜਾਵੇਂਗੀ ਤੇ ਫਿਰ ਚੱਲ ਜੀ, ਗਏ ਕਿਤੇ ਪਿੰਦਰ ਹੋਣੀ? ਅੱਛਾ ਰੀਪਰ ਲੈਣ ਗਏ ਨਵਾਂ, ਅੱਛਾ ਅੱਛਾ ਫਿਰ ਪੁੱਤ ਤੇਰੇ ਕੋਲ ਕਿੱਥੇ ਆ ਜਾਣਾ ਜੇ ਘਰ ਨਹੀਂ ਕੋਈ ਤੇ, ਹੈਂ ਚੱਲ ਫਿਰ ਕੋਈ ਗੱਲ ਨਹੀਂ, ਕੋਈ ਨਹੀਂ ਕੋਈ ਨਹੀਂ, ਲਿਆਉਂਦਾ ਮੈਂ ਦਵਾਈ ਜਾ ਕੇ, ਹਾਂ ਹਾਂ ਠੀਕ ਹੈ, ਉਹਦੇ ਕੋਲ ਨਹੀਂ ਆਇਆ ਜਾਣਾ, ਉਹ ਕਹਿੰਦੀ ਪਿੰਦਰ ਹੋਣੀ ਗਏ ਆ ਕਿਤੇ ਦੋਵੇਂ ਪਿਓ ਪੁੱਤ, ਮੈਂ ਉੱਥੇ ਕੀ ਕਰਾਂ ਜਾ ਕੇ, ਫਿਰ ਕੀ ਇਹਦੀ ਸੱਸ ਦਾ ਤਰਲਾ ਮਾਰ ਦਿਓ, ਉਹਦੇ ਦੋ ਤਿੰਨ ਜਾਣੀਆਂ ਨੇ, ਉਹ ਕਹਿੰਦੀ ਜਿੰਨਾ ਚਿਰ ਉਹ ਵੀ ਆਉਂਦੇ ਉਹਨਾਂ ਚਿਰ ਨਹੀਂ ਮੈਂ ਨਹੀਂ ਆ ਸਕਦੀ, ਤੈਨੂੰ ਪਤਾ ਹੀ ਅੱਗੇ ਉਹਦੇ ਨਨਾਣ ਵੀ ਉੱਥੇ ਘਰ ਬੈਠੀ ਆ, ਸੱਸ ਵੀ ਉਹਦੀ ਓਦਾਂ ਦੀ ਲੜਾਈ ਝਗੜਾ ਤਾਂ ਅੱਗੇ ਪਿਆ ਰਹਿੰਦਾ ਵਾ,
ਵਿਚਾਰੀ ਡਰਦੀ ਹੋਣੀ ਆ ਵੀ ਜੇ ਮੈਂ ਉਹਦੇ ਮਗਰੋਂ ਗਈ ਤੇ ਇਹਨਾਂ ਨੇ ਫੇਰ ਨੀ ਛੱਡਣਾ ਮੈਨੂੰ। ਮੈਂ ਲੱਗੀ ਤਾਂ ਹੈਗੀ ਕਹਿਣ ਵੀ ਮੇਰੀ ਗੱਲ ਕਰੋ, ਮੈਂ ਕਹਿਣਾ ਤੂੰ ਪਿੰਦਰ ਨੂੰ ਪੁੱਛ ਲਾ ਪੁੱਤ ਕੀ ਤਾਂ ਤੈਨੂੰ ਉਹੀ ਕਹਿ ਦੇ ਵੀ ਕੋਈ ਨੀ ਤੇਰਾ ਡੈਡੀ ਆਪਣੇ ਨੂੰ ਕਹਿ ਵੀ ਲੈ ਜੇ ਆ। ਐਵੇਂ ਨਜ਼ਰ ਕਰੀ ਜਾ, ਕੋਈ ਗੱਲ ਨੀ ਮੈਂ ਆਪੇ ਲਾ ਲਾਂਗਾ ਫੁਲਕੇ ਦੋ, ਹੋਰ ਕੀ ਆ, ਦਵਾਈ ਦਵੂਈ ਤੈਨੂੰ ਲਿਆ ਦੇਣਾ ਖਾ ਤੇ ਕਾਇਮ ਹੋ। ਐਵੇਂ ਉਹਦੇ ਘਰ ਹੋਰ ਲੜਾਈ ਪਾਏਗੀ, ਅੱਗੇ ਉੱਥੇ ਬੜੇ ਜੀ ਚੰਗੇ ਆ, ਸਾਰੇ ਰੱਗ ਲੱਗੇ ਆ ਉੱਥੇ। ਕੀ ਕਰਾਂ ਮੈਂ ਵੀ, ਜਾਓ ਮੁੰਡੇ ਵੱਲ ਵੇਖੋ, ਤੂੰ ਕਰ ਲਾ ਰੈਸਟ, ਕੱਲਾ ਘਾਲ ਦਿੱਤਾ ਉਹਦੇ ਮਗਰ, ਜਾਓ ਭਾਈ ਬਾਕੀ ਕੰਮ। ਕੋਈ ਨਾ ਮੈਂ ਵੇਖ ਲੈਣਾ ਉੱਥੇ ਖੇਡਦਾ ਹੋਣਾ ਉਹਨਾਂ ਨਾਲ, ਭੂਪੇ ਹੋਣਾ ਦੇ ਨਿਆਣਿਆਂ ਨਾਲ। ਖੇਡਦਾ ਤਾਂ ਹੈਗਾ, ਕੋਈ ਮਾਰੇ ਹੀ ਨਾ, ਇਹ ਨਿੱਕਾ ਵਾ ਹਜੇ। ਪਾਣੀ ਪੂਣੀ ਪੀਣਾ ਤੇ ਲਿਆਵਾਂ? ਲਿਆ ਹੀ ਦੋ ਗਲਾਸ। ਤੇ ਮੈਂ ਮਨਾ ਕਰਤਾ ਵਾ ਕਿ ਮੇਰੇ ਤੋਂ ਨਹੀਂ ਆਇਆ ਜਾਣਾ, ਤੇ ਇੱਦਾਂ ਕਰਦੀ ਹੈ ਕ੍ਰਿਪਿੰਦਰ ਨੂੰ ਫੋਨ ਲਾ ਕੇ ਪੁੱਛਦੀ ਹੈ, ਜੇ ਕਹਿਣਗੇ ਨਾ ਚੱਲ ਜਾ ਤੇ ਫਿਰ ਚੱਲ ਜਾਂਗੇ, ਜੇ ਮੰਮੀ ਜ਼ਿਆਦਾ ਨਹੀਂ ਠੀਕ ਤਾਂ ਹੀ ਮੈਨੂੰ ਦੇਣੇ ਫੋਨ ਕਰਨ। ਹੈਲੋ, ਹਾਂਜੀ ਵਧੀਆ, ਤੁਸੀਂ ਸੁਣਾਓ? ਬੜਾ ਵਧੀਆ। ਤੇ ਪਿੰਦਰ ਡੈਡੀ ਕਹਿੰਦੇ ਕਿ ਮੰਮੀ ਠੀਕ ਨਹੀਂ ਤੇ ਤੂੰ ਆ ਜਾ ਥੋੜ੍ਹੇ ਕੁ ਦਿਨ ਵਾਸਤੇ। ਉਹਨਾਂ ਨੂੰ ਤਾਂ ਉੱਦਾਂ ਮੈਂ ਨਾ ਕਰਤੀ ਸੀ, ਤੇ ਮੈਂ ਚੱਲ ਇੱਕ ਵਾਰੀ ਤੁਹਾਨੂੰ ਪੁੱਛ ਲੈਂਦੀ ਹਾਂ, ਫਿਰ ਮੈਂ ਚੱਲ ਜਾ। ਹਾਂਜੀ ਚਲੋ ਠੀਕ ਹੈ, ਫਿਰ ਮੈਂ ਚੱਲ ਜਾਂਦੀ ਹਾਂ ਕੰਮ ਕੁੰਮ ਕਰਕੇ ਨਾ, ਬਾਅਦ 'ਚ ਮੈਂ ਤੁਰ ਜਾਂਗੀ। ਚੰਗਾ ਠੀਕ ਆ। ਮਾਵਲ, ਹਾਂਜੀ, ਕਿੱਥੇ ਜਾਣ ਦੀ ਤਿਆਰੀ ਕਰਨ ਦਈ ਆ? ਮੰਮੀ ਮੇਰੇ ਨਾ ਮੰਮੀ ਨਹੀਂ ਠੀਕ ਹੈਗੇ। ਕੀ ਹੋਇਆ ਮੰਮੀ ਨੂੰ? ਪਤਾ ਨਹੀਂ, ਡੈਡੀ ਕਹਿੰਦੇ ਠੀਕ ਨਹੀਂ, ਉਹਨਾਂ ਦਾ ਬੀਪੀ ਬੂਪੀ ਵਧਿਆ ਵਾ ਕਿਤੇ। ਨਹੀਂ ਮੇਰੀ ਗੱਲ ਸੁਣ, ਤੂੰ ਬੜੀ ਠੀਕ ਵਾ ਹੈਂ, ਕੱਲ੍ਹ ਦੀ ਸਿਰ ਸੁੱਟ ਕੇ ਪਈ ਅੰਦਰ, ਨਾ ਕੋਈ ਕੰਮ ਨਾ ਕੋਈ ਧੰਦਾ, ਅਤੇ ਹੁਣ ਪਿਓ ਦਾ ਫੋਨ ਆ ਗਿਆ, ਤੋਸਲ ਦੁੰਬ ਚੁੱਕ ਲਈ ਆ ਵੀ ਮੈਂ ਜਾ ਕੇ ਮੰਮੀ ਦਾ ਪਤਾ ਲੈ ਆਉਂਦੀ ਹਾਂ। ਉੱਦਾਂ ਤਾਂ ਮੰਮੀ ਮੈਂ ਮਨਾ ਕਰਤਾ ਸੀ ਉਹਨਾਂ ਨੇ ਕਿ ਮੇਰੇ ਤੋਂ ਨਹੀਂ ਆਇਆ ਜਾਣਾ, ਪਰ ਮੈਂ ਫਿਰ ਸੋਚਿਆ ਕਿ ਚੱਲ ਮਾਂ ਵਾਂ ਫਿਰ ਵੀ, ਜੇ ਮੈਂ ਨਾ ਜਾਵਾਂਗੀ ਉਹਨਾਂ ਦੇ ਕੋਲ ਤਾਂ ਫਿਰ ਉਹਨਾਂ ਦੇ ਕੋਲ ਕੌਣ ਜਾਊਗਾ, ਅਤੇ ਨਾਲੇ ਹੋ ਸਕਦਾ ਥੋੜ੍ਹੇ ਬਹੁਤੇ ਠੀਕ ਵੀ ਹੋ ਜਾਣ, ਦੋਵੇਂ ਮਾਵਾਂ ਧੀਆਂ ਦੁੱਖ ਸੁੱਖ ਕਰ ਲਾਂਗੇ। ਆਹੋ ਚਾਹੀਦਾ ਦੁੱਖ ਸੁੱਖ ਤੇ। ਹੁਣ ਪਿੰਦਰ ਨੂੰ ਫੋਨ ਲਾਇਆ ਸੀ? ਹਾਂਜੀ, ਉਹ ਕਹਿੰਦੇ ਕੋਈ ਨਹੀਂ ਚੱਲ ਜਾ। ਅੱਛਾ, ਪਿੰਦਰ ਨੇ ਕਿਹਾ ਤੂੰ ਚੱਲ ਜਾ? ਹਾਂਜੀ। ਆਹੋ ਪਿੰਦਰ ਨੂੰ ਪੁੱਛਣਾ ਵਾ ਤੂੰ, ਮੈਨੂੰ ਪੁੱਛਣ ਦੀ ਕੀ ਲੋੜ ਵਾ, ਮੈਂ ਤਾਂ ਤੇਰੇ ਕਾਗਜ਼ਾਂ 'ਚ ਫੇਲ ਵਾਂ, ਠੀਕ ਆ ਨਾ? ਮੈਨੂੰ ਤਾਂ ਮਾਂ ਤੋਂ ਆਪਣੀ ਸਮਝਿਆ ਹੀ ਨਹੀਂ, ਆਪਣੀ ਮਾਂ ਦੀ ਵੇਖਿਆ ਕਿ ਨਹੀਂ ਖਿੱਚ ਵਾ, ਬਿਮਾਰ ਪਈ ਵੀ ਕਹਿਣ ਡਈ ਆ ਵੀ ਜਾ ਕੇ ਮਾਂ ਦਾ ਪਤਾ ਲੈ ਆਵਾਂ, ਅਤੇ ਜਿਹੜੀ ਘਰ ਵਿੱਚ ਮਾਂ ਵਾ ਉਹਦਾ ਕੋਈ ਪਤਾ ਹੀ ਨਹੀਂ। ਅਤੇ ਤੁਸੀਂ ਮੰਮੀ ਕਿਹੜਾ ਮੈਨੂੰ ਜਾਣ ਦੇਣਾ ਸੀ, ਜੇ ਮੈਂ ਤੁਹਾਨੂੰ ਪੁੱਛ ਵੀ ਲੈਂਦੀ ਤਾਂ ਜਾਣ ਕੀ ਦੇਵਾਂ, ਤੇਰੇ ਹਾਲਾਤ ਨਹੀਂ ਦਿਖਣ ਡਏ ਮੈਨੂੰ, ਆਪਣੇ ਵੱਲ ਵੇਖ ਜੇ ਰੱਖ ਝਾਤੀ ਮਾਰ ਕੀ ਬਣ ਗਿਆ ਵਾ ਤੇਰਾ। ਮੇਰੀ ਗੱਲ ਸੁਣ, ਜੇ ਮੇਰੀ ਸਲਾਹ ਮੰਨੇ ਨਾ ਤਾਂ ਬਿਲਕੁਲ ਨਾ ਜਾਵੀਂ ਆਪਣੇ ਪੇਕੇ, ਆਪਣੇ ਆਪ ਵੱਲ ਖਿਆਲ ਰੱਖ, ਠੀਕ ਆ ਨਾ? ਕੁਛ ਨਹੀਂ ਹੁੰਦਾ ਤੇਰੀ ਮਾਂ ਨੂੰ। ਮੇਰੀ ਗੱਲ ਸੁਣ, ਮੇਰੇ ਕੋਲ ਡਾਕਟਰ ਹੈਗਾ ਬੜਾ ਸਿਆਣਾ, ਮੇਰੇ ਨਾਲ ਚੱਲ, ਮੈਂ ਤੇਰੇ ਟੈਸਟ ਕਰਾਉਣੀ ਆ। ਐਵੇਂ ਕਿੱਦਾਂ ਇੱਦਾਂ ਕਹਿ ਤਾ ਡਾਕਟਰ ਨੇ, ਮੈਂ ਨਹੀਂ ਮੰਨਦੀ ਮੁੰਦੀ ਕਿਸੇ ਨੂੰ। ਮੈਂ ਨਹੀਂ ਮੰਮੀ ਕਿਤੇ ਵੀ ਜਾਣਾ, ਮੇਰਾ ਨਹੀਂ ਦਿਲ ਕਰਦਾ ਜਾਣ। ਕਿਉਂ ਜਾਣਾ ਕਿਉਂ ਨਹੀਂ ਹੈ? ਨਹੀਂ ਮੈਨੂੰ ਇੱਕ ਗੱਲ ਦੱਸ ਵੀ ਮੈਂ ਵੀ ਕੋਈ ਘਰ ਵਿੱਚ ਹੈਗੀ ਹਾਂ ਕਿ ਨਹੀਂ, ਤੇ ਨਾਲੇ ਤੈਨੂੰ ਮੈਂ ਨਾ ਪੁੱਛਣ ਨਹੀਂ ਆਈ, ਤੈਨੂੰ ਦੱਸਣ ਆਈ ਹਾਂ, ਮੈਨੂੰ ਤਾਂ ਆਪਣੇ ਅੱਗੇ ਦੀ ਫਿਕਰ ਹੋਣ ਡਈ ਆ, ਠੀਕ ਆ ਨਾ? ਮੇਰੇ ਮਨ 'ਚ ਸੌ ਰੀਝਾਂ ਸੋਚ ਆ, ਨਹੀਂ ਤੂੰ ਤਾਂ ਮਾਰ ਕੇ ਰੱਖ ਦੇਣ ਲੱਗੀ ਆ, ਮੈਨੂੰ ਵੀ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖ ਲੈਂਦੇ। ਮੰਮੀ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਓ, ਇੱਕ ਵਾਰੀ ਪਿੰਦਰ ਨੂੰ ਆ ਲੈਂਦੇ ਤੇ ਫਿਰ ਆਪਾਂ ਚੱਲ ਜਾਵਾਂਗੇ, ਕੋਈ ਨਹੀਂ। ਲੈ ਪਿੰਦਰ ਨੂੰ ਆ ਲੈਣ ਦਿਓ, ਪਿੰਦਰ ਵੀ ਤਾਂ ਮੇਰਾ ਹੀ ਪੁੱਤ ਵਾ, ਮੇਰੇ ਤੇ ਯਕੀਨ ਨਹੀਂ ਤੈਨੂੰ? ਮੰਮੀ ਯਕੀਨ ਤੇ ਹੈਗਾ, ਪਰ ਫਿਰ ਵੀ ਦੋਵਾਂ ਜੀਆਂ ਦੀ ਸਲਾਹ ਹੁੰਦੀ ਆ, ਨਾਲੇ ਮੰਮੀ ਜੀ ਉਹ ਨਾਲ ਹੋਣਗੇ, ਡਾਕਟਰ ਕੋਈ ਗੱਲ ਪੁੱਛਣਗੇ ਉਹ ਦੱਸ ਤੇ ਦੇਣਗੇ ਨਾ ਉਹਨਾਂ ਨੂੰ। ਗੱਲ ਤੇ ਆਉਂ ਕਰਨ ਦੀ ਜਿੱਦਾਂ ਮੈਂ ਨਿਆਣੀ ਹੁੰਦੀ ਆ, ਨਹੀਂ ਉਹਨੂੰ ਮੈਂ ਜੰਮਿਆ ਵਾਂ, ਠੀਕ ਵਾ ਨਾ? ਉਹ ਨਿੱਕਾ ਵਾ ਮੇਰੇ ਤੋਂ, ਜਿੰਨੀ ਮੈਨੂੰ ਸਮਝ ਵਾ ਉਹਨੂੰ ਨਹੀਂ ਗੀ, ਸਮਝਿਆ ਇਸ ਗੱਲ ਨੂੰ ਤੇ ਮੈਂ ਮਾਂ ਵਾਂ ਉਹਦੀ, ਠੀਕ ਆ ਨਾ? ਚੁੱਪ ਚਾਪ ਬੰਦਿਆਂ ਨੂੰ ਤੁਰ ਪਾ ਮੇਰੇ ਨਾਲ, ਨਹੀਂ ਤੇ ਖੜਨਾ ਬਣਾਉਂਦਾ ਹੀ ਉਹ, ਠੀਕ ਆ ਨਾ? ਕਿੱਦਾਂ ਮੂੰਹ ਸੁੱਟ ਕੇ ਬੈਠੀ ਆ, ਮੇਰੇ ਢਿੱਡ 'ਚ ਕੋਈ ਰੀਝਾਂ ਹੀ ਨਹੀਂ ਗੀਆਂ,
ਮੈਂ ਨੀ ਕੁਛ ਸੋਚ ਸਕਦੀ ਆਪਣੇ ਪੁੱਤ ਬਾਰੇ ਹਨਾ, ਮੈਂ ਨੀ ਇੱਦਾਂ ਵੇਖ ਸਕਦੀ ਕਿ ਕਦੋਂ ਉਹਦਾ ਅੱਗਾ ਨਾ ਤੁਰੇ। ਤੂੰ ਵੱਡੀ ਚਲਾਕ, ਆਪੇ ਸਲਾਹਾਂ ਕਰਦੀ ਫਿਰਦੀ ਹੈ, ਪਿੰਡੇ ਰਹਿ ਲੂਗੇ ਤੇ ਫਿਰ ਜਾਊਂਗੀ। ਆਹ ਤੇਰੇ ਮਨਸੂਬੇ ਕਾਮਯਾਬ ਨੀ ਹੋਣ ਦੇਣੇ, ਮੈਂ ਆਪ ਜਾਣਾ ਡਾਕਟਰ ਕੋਲ, ਆਪ ਜਾ ਕੇ ਪੁੱਛੂਗੀ ਨਾ ਕੀ ਬਿਮਾਰੀ ਹੈ ਤੁਹਾਨੂੰ, ਕੀ ਕਹਿਤਾ ਜੀ ਮੇਰੀ ਨੂੰਹ ਨੂੰ, ਠੀਕ ਆ ਨਾ, ਮੈਂ ਦੁੱਖਣ ਨੀ ਗੀ ਤੇਰੀ। ਹੋਰ ਗੱਲਾਂ ਕਰਦੀ ਫਿਰਦੀ ਆ, ਨੀ ਫੁੱਟ ਪਾ ਹੁਣ, ਜ਼ਬਾਨ ਹੈ ਨੀ ਮੂੰਹ 'ਚ ਤੇਰੀ, ਉਹਦਾ ਤਾਂ ਬੜੀ ਪੱਤਰ ਪੱਤਰ ਫੇਰਨੀ ਆ, ਹੁਣ ਬੋਲਣ ਲੱਗੀ ਨੀ ਹੁੰਦਾ ਵਾ। ਮੰਮੀ ਭਾਵੇਂ ਇੱਕ ਵਾਰੀ ਪੁੱਛੋ ਭਾਵੇਂ ਦੋ ਵਾਰੀ ਪੁੱਛੋ, ਜਿੰਨਾ ਚਿਰ ਪਿੰਡਰ ਨਾ ਆਏ ਮੈਂ ਨੀ ਉਹਨਾਂ ਟਾਈਮ ਜਾਣਾ ਕਿਤੇ ਵੀ। ਨਹੀਂ ਮੈਂ ਮਰ ਜਾ, ਨੀ ਤੇਰੀ ਏਡੀ ਹਿੰਮਤ ਹੈ, ਤੂੰ ਜਾਣਾ ਵਾ ਕਿ ਨਹੀਂ ਜਾਣਾ, ਇੱਕ ਵਾਰੀ ਦੱਸ ਨਾ ਚੰਗੀ ਤਰ੍ਹਾਂ। ਦੱਸਣ ਤੇ ਗਈ ਆ ਮੰਮੀ, ਮੈਂ ਨਹੀਂ ਜਾਣਾ। ਅੱਛਾ, ਇਹਦਾ ਮਤਲਬ ਇਹ ਕਿ ਤੈਨੂੰ ਮੇਰੇ ਤੇ ਨੀ ਯਕੀਨ ਹੈ, ਨਾਲੇ ਨਿਆਣਾ ਨੀ ਜੰਮ ਸਕਦੀ ਤੇ ਨਾਲੇ ਤੇਵਰ ਵੇਖ ਦੇ, ਅੱਖਾਂ ਵੇਖ ਮੇਰੇ ਕਿੱਦਾਂ ਵਖਾਉਂਦੀ ਆ, ਠੀਕ ਆ ਨਾ, ਚੁੱਪ ਕਰਕੇ ਬੰਦਿਆਂ ਨੂੰ ਤੋਪਾ ਮੇਰੇ ਨਾਲ, ਮੈਂ ਤਾਂ ਹੋਰ ਨਾ ਹੋਕਰਾ ਲਈ। ਮੰਮੀ ਕੀ ਗੱਲ ਹੋ ਗਈ ਆ, ਗੱਲ ਕਾਹਦੀ ਹੋਣੀ ਆ, ਆਹ ਵੇਖ ਲਾ ਕਰਤੂਤ ਤੇ ਹੈ ਨੀ ਇਹਦੇ ਵਿੱਚ ਕੋਈ ਵੀ, ਤੇ ਅੱਖਾਂ ਕੱਢ ਕੱਢ ਦੱਸਦੀ ਆ ਮੈਨੂੰ ਗਾੜੀਓ। ਹੁਣ ਕੀ ਕਹਿਣ ਡਈ ਆ ਇਹ? ਕਹਿਣਾ ਇਹਨੇ ਕੀ ਆ, ਮੈਂ ਤੇ ਕਿਹਾ ਵੀ ਮੇਰੇ ਜਾਂਚਾਂ ਦਾ ਡਾਕਟਰ ਹੈਗਾ ਬੜਾ ਵਧੀਆ, ਤੇ ਚੱਲ ਤੈਨੂੰ ਉਹਦੇ ਕੋਲ ਲੈ ਜਾ ਮੈਂ, ਤੇ ਮਾਂ ਬਿਮਾਰ ਵਾ ਉਹਦੇ ਵੱਲ ਧਿਆਨ ਨਾ, ਤੇ ਆਪਣੀ ਮਾਂ ਕੋ ਭਾਜਾ ਦਵਾ ਦਵਾ, ਇਹ ਨੀ ਪਤਾ ਵੀ ਆਪਣੇ ਆਪ ਵਾਲੀ ਵੇਖ ਲਾ, ਸਾਡੇ ਘਰ ਦਾ ਥੇ ਕਰਤਾ ਨੀ ਆਉਣ ਵਾਲੇ ਕੱਲ ਦਾ। ਉਹੀ ਤਾਂ ਗੱਲ ਆ, ਪੇਕਿਆਂ ਵੱਲ ਧਿਆਨ ਦੇਈ ਜਾਂਦੀ ਆ, ਇੱਥੇ ਵੀ ਦੇ ਲਾ, ਇੱਥੇ ਕੀ ਬਣਨ ਡਿਆ ਵਾ, ਇਹਨੂੰ ਕੀ, ਚੁੱਪ ਕਰਕੇ ਤੇ ਮੰਮੀ ਦੇ ਨਾਲ ਚੱਲ ਜਿਹੜੇ ਡਾਕਟਰ ਕੋ ਕਹਿੰਦੇ ਆ। ਮੇਰਾ ਧਿਆਨ ਇੱਥੇ ਹੀ ਆ, ਬਸ ਮੈਂ ਮੰਮੀ ਨੂੰ ਇੰਨਾ ਕਿਹਾ ਪਿੰਦਰ ਨੂੰ ਆ ਲਾ ਦੋ, ਫਿਰ ਜਿੱਥੇ ਕਹੋਗੇ ਉੱਥੇ ਚੱਲ ਜਾਵਾਂਗੇ। ਆ ਵੇਖੇ ਪਿੰਦਰ ਨੂੰ ਆ ਜਾਂਦੇ, ਨਹੀਂ ਪਿੰਦਰ ਨੇ ਉੱਥੇ ਕੀ ਕਰਨਾ, ਤੂੰ ਮੰਮੀ ਦੇ ਨਾਲ ਜਾਇਆ ਤਾਂ ਪਿੰਦਰ ਨਾਲ ਜਾ ਹੀ ਆਈ ਨਾ ਇੱਕ ਵਾਰੀ। ਮੇਰੇ ਤੇ ਯਕੀਨ ਨਹੀਂ ਨਾ ਹੈਗਾ, ਮੈਂ ਹੀ ਜੰਮਿਆ ਪਿੰਦਰ ਨੂੰ। ਜਿਹੜੀ ਗੱਲ ਸੱਚੀ ਫਿਰ ਇਹੀ ਗੱਲ ਆ, ਮੈਨੂੰ ਨਹੀਂ ਹੈਗਾ ਤੁਹਾਡੇ ਤੇ ਯਕੀਨ। ਕਿਉਂ ਯਕੀਨ ਨਹੀਂ ਹੈਗਾ, ਇਹਦੇ ਕੀ ਕਹਿਣ ਲੱਗਿਆ, ਇਹਦੇ ਦੇਖ ਲਓ ਇਹਦੇ ਕੰਮ ਵੇਖ ਲਓ ਕਿੱਦਾਂ ਦੇ ਆ, ਕਿੰਨੀ ਇਹਦੇ ਵਿੱਚ ਆਕੜ ਵਾ। ਤੁਰਨਾ ਵੀ ਤੈਨੂੰ ਖੜੀਏ ਫਿਰ ਜ਼ਬਰਦਸਤੀ, ਦੱਸ ਦੇ ਹੁਣ ਸਾਨੂੰ ਚੰਗੀ ਤਰ੍ਹਾਂ। ਉੱਠ ਕੇ ਵੀ ਤੁਰ ਪਾ, ਜੇ ਕਿ ਪਾਸੇ ਲੱਗਣਾ ਵਾ ਉੱਠ ਜਾ ਇੱਥੋਂ, ਜੇ ਇਸ ਘਰ ਚ ਵਸਣਾ ਵਾ ਨਾ ਜਿੱਥੇ ਮੰਮੀ ਕਹਿਣ ਡੇ, ਤੂੰ ਚੱਲ ਜਾ ਕੇ ਇਲਾਜ ਕਰਾ ਲਾ ਆਪਣਾ। ਜਦੋਂ ਮੈਂ ਕਰੀ ਕਿਹਾ ਮੈਂ ਨਹੀਂ ਜਾਣਾ, ਤੇ ਫਿਰ ਤੁਸੀਂ ਮੈਨੂੰ ਜ਼ਬਰਦਸਤੀ ਕਿੱਦਾਂ ਲੈ ਜਾਓਗੇ? ਇਹ ਕਿਹੜੀ ਜ਼ਬਰਦਸਤੀ, ਤੇਰੇ ਭਲੇ ਲਈ ਕਹਿਣ ਡੇ ਨਾ ਹੀ। ਸਵਾ ਮੇਰੇ ਭਲੇ ਲਈ ਕਹਿੰਦੇ, ਮੈਨੂੰ ਤਾਂ ਤੇ ਯਕੀਨ ਨਹੀਂ ਹੈਗਾ, ਕੀ ਪਤਾ ਤੁਸੀਂ ਮੇਰੇ ਘਰੋਂ ਕਿਤੇ ਗਿਆ ਕਿਤੇ ਲੈ ਕਿਤੇ ਜਾਓ, ਮੈਂ ਤੇਰੇ ਘਰ ਜਾਣਾ ਵਾ, ਤੈਨੂੰ ਚੁੱਪ ਕਰਕੇ ਤੇ ਮੰਮੀ ਦੇ ਨਾਲ ਤੁਰ। ਨਹੀਂ ਜਾਣਾ ਹੈਗਾ। ਤੂੰ ਕੌਣ ਹੈ ਨੀ ਮੈਨੂੰ ਕਹਿਣ ਵਾਲੀ, ਆਪ ਤੇ ਤੇਰੇ ਤੋਂ ਆਪਣੇ ਸਾਰੇ ਬੱਚਿਆਂ ਨੇ ਕਿਹਾ, ਇੱਥੇ ਆਣ ਕੇ ਬੜੀਆਂ ਚਾਤੀਆਂ ਦੀਆਂ ਹੁਣ ਫੁੱਕਣ ਤੂੰ, ਤੂੰ ਨਾ ਬਕਵਾਸ ਬੰਦ ਕਰ ਲਾ, ਬਾਹਰ ਕਿਸੇ ਥਾਂ ਦੀ ਜੱਸ ਮੈਂ ਉਹ ਜਾ ਕੇ ਇੱਥੇ ਕਿਸੇ ਹਿੰਮਤ ਕਿਤਾ ਪਈ ਮੈਂ ਦੀ ਹੱਥ ਚੁੱਕਣ ਦੀ, ਮੰਮੀ ਅੱਜ ਇਹਨੇ ਮੇਰੇ ਚਪੇੜ ਮਾਰਤੀ ਨਾ, ਅੱਜ ਨਹੀਂ ਮੈਂ ਇਹਨੂੰ ਛੱਡਣਾ, ਅੱਜ ਮੈਨੂੰ ਮਾਰ ਹੀ ਦੇਣਾ ਵਾ, ਮਾਰ ਹੀ ਲਾ ਤੂੰ ਮੈਨੂੰ, ਤੈਨੂੰ ਵੀ ਠੰਡ ਪੈ ਜਾਊਗੀ। ਮੈਂ ਅੱਜ ਇਹਨੂੰ ਛੱਡਣਾ ਹੈਗਾ, ਇਹਨੂੰ ਕੱਢੋ ਘਰੋਂ ਬਾਹਰ, ਨਿਕਲ ਚੱਲ ਨਾ, ਨਿਕਲ ਨਾ ਮੈਂ ਘਰੋਂ ਬਾਹਰ। ਕਿਉਂ ਨਹੀਂ ਜਾਣਾਗਾ ਤੂੰ, ਕੌਣ ਹੈ ਨੀ ਇੱਥੇ ਰਹਿਣ ਵਾਲੀ, ਨਿਕਲ ਇੱਥੋਂ ਤੂੰ, ਮੈਂ ਤੈਨੂੰ ਕਿੱਦਾਂ ਮਾਰਿਆ ਵਾ। ਮੈਨੂੰ ਬੜਾ ਕਹਿਗੀ, ਤੇਰੇ ਬੜੇ ਦੋ ਦੋ ਨਿਆਣੇ ਨੇ, ਨਾਲੇ ਤੂੰ ਕੌਣ ਹੈ ਨੀ ਮੈਨੂੰ ਬਾਂਝ ਕਹਿਣ ਵਾਲੀ, ਇਹ ਕਹਿਣ ਤੋਂ ਪਹਿਲਾਂ ਆਪਣੇ ਵਾਸਤੇ ਝਾਤੀ ਮਾਰ ਲੈਣੀ ਸੀ ਨਾ। ਹਜੇ ਵੀ ਬਕਵਾਸ ਬੰਦ ਕਰ ਲਾ, ਤੂੰ ਮਰ ਜਾਣਾ ਮੇਰੇ ਜ਼ੁਬਾਨ ਬੰਦ ਕਰ ਆਪਣੀ, ਠੀਕ ਹੈ ਨਾ, ਤੂੰ ਕੌਣ ਹੈ ਮਿੱਟੀ ਨੂੰ ਕੁਝ ਕਹਿਣ ਵਾਲੀ, ਤੇ ਤੁਸੀਂ ਕੌਣ ਹੁੰਦੇ ਮੈਨੂੰ ਕੁਝ ਕਹਿਣ ਵਾਲੇ। ਜੱਸ ਤੂੰ ਨਿਕਲ ਘਰੋਂ ਬਾਹਰ, ਤੇ ਮੈਂ ਅੱਜ ਨਹੀਂ ਜਾਣਾ, ਚਲੋ ਚਲ 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 ਨਿਕਲ, ਤੇ ਮੈਂ ਦੱਸਣੀ ਹੈ ਨਾ ਅੱਜ, ਜਿੰਨੀ ਚ ਬਣ ਜਾਂਦੀ ਨਾ।
ਮੈਂ ਵੀ ਨਿਆਣਿਆਂ ਨੂੰ ਕਿਹਾ ਸੀ ਵੀ ਵਿਹਲੇ ਹੋ ਜਾਓ, ਉਹ ਵੀ ਹੋ ਕੇ ਬਹਿ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਉਹਨੂੰ ਪੇਕੇ ਛੱਡ ਆਓ, ਅਜੇ ਵੀ ਨਹੀਂ ਆਏ ਹੈਗੇ ਜੀ। ਹੁਣ ਭਾਵੇਂ ਹਨੇਰਾ ਹੋ ਜਾਏ ਮੈਂ ਵੀ ਕਹਿੰਦਾ ਮੈਨੂੰ ਅੱਜ ਛੱਡ ਕੇ ਆਓ ਪਿੰਡ। ਇਹ ਕੋਈ ਥੋੜ੍ਹੀ ਕੋਈ ਗੱਲ ਵਾ, ਜਦੋਂ ਮੈਂ ਪੇਕੇ ਜਾਣ ਨੂੰ ਕਹੀ ਨਹੀਂ ਤਾਂ ਕੋਈ ਨਾ ਕੋਈ ਬਹਾਨਾ ਕਰ ਲੈਂਦੇ ਆ, ਜਦੋਂ ਆਪਣੀ ਭੈਣ ਕੋਲ ਜਾਣਾ ਹੁੰਦਾ ਤਾਂ ਉਦੋਂ ਝੱਟ ਗੱਡੀ ਕੱਢ ਲੈਣੀ ਹੁੰਦੀ ਇਹਨਾਂ ਨੇ। ਹਾਂਜੀ ਪਾਣੀ ਲਿਆ ਲਿਆਉਣੀ, ਗਰਮੀ ਬੜੀ ਆ ਤੇ ਥੱਕ ਜਾਂਦਾ ਬੰਦਾ ਕੰਮ ਕਰ ਕਰ ਇਕੱਲਾ, ਕੀ ਕਰਨਾ ਕਰਨਾ ਤੇ ਪੈਣਾ ਹੀ, ਨਾ ਕਰੀਏ ਤਾਂ ਵੀ ਫਸਦੇ ਆ। ਆ ਲਓ ਪਾਣੀ। ਤੂੰ ਬੜਾ ਮੂੰਹ ਬਣਾਇਆ, ਕੀ ਗੱਲ ਆ? ਕੋਈ ਗੱਲ ਨਹੀਂ, ਤੁਹਾਨੂੰ ਮੇਰਾ ਮੂੰਹ ਲੱਗਦਾ। ਕੀ ਗੱਲ ਆ, ਮੂੰਹ ਤਾਂ ਹੀ ਬਣਾਇਆ ਹੋਣਾ ਵੀ ਮੈਨੂੰ ਛੱਡ ਕੇ ਨਹੀਂ ਆਏ। ਤੇ ਜਾਣਾ ਨਹੀਂ ਗਾ, ਤੁਸੀਂ ਦੇਖਦੇ ਜਦੋਂ ਕਿਤੇ ਜਾਣਾ ਹੁੰਦਾ ਪੇਕਿਆਂ ਤਾਂ ਬਣਾ ਹੁੰਦਾ ਕੋਈ ਨਾ ਕੋਈ। ਤੇ ਕੰਮ ਕਾਰ ਤੈਨੂੰ ਨੀ ਪਤਾ ਵੀ ਕੰਮ ਕਾਰ ਦਿਨ ਕੰਮ ਕਰਦੇ ਆ, ਤੈਨੂੰ ਉੱਥੇ ਛੱਡ ਦਾਂਗੇ, ਇੱਥੇ ਕੰਮ ਨਹੀਂ ਵੇਖਣਾ। ਤੁਹਾਨੂੰ ਪਤਾ ਨਿਆਣਿਆਂ ਨੂੰ ਕਦੋਂ ਦੀਆਂ ਛੁੱਟੀਆਂ ਪਈਆਂ, ਰੋਜ਼ ਹੀ ਕਰ ਦਿੰਦੇ ਹੋ, ਅੱਜ ਜਾਂਦੇ ਆ ਕੱਲ ਜਾਂਦੇ ਆ। ਤੇ ਛੁੱਟੀਆਂ ਪਈਆਂ ਵਾ ਤੇ ਕੰਮ, ਤੈਨੂੰ ਨੀ ਪਤਾ ਕੰਮ ਹੋਣਾ, ਮਹਾ ਕੱਦੂ ਹੋਇਆ ਥੱਲੇ, ਲਾਭੇ ਅੱਗੇ ਨੀ ਮਿਲਣੇ, ਹੁਣ ਮੇਰੇ ਵਾਲੇ ਮੋਟਰ ਤੇ ਜਾਣਾ ਮੈਂ, ਉਹ ਛੱਡਣੀ ਆ। ਗਰਮੀ ਕਿੰਨੀ ਆ ਬਾਹਰ, ਤੈਨੂੰ ਤੇ ਜਾਣ ਦੀ, ਮੈਨੂੰ ਲੈ ਲਓ, ਮੈਨੂੰ ਲੈ ਲਓ, ਘਰ ਦਾ ਕੰਮ ਨਾ ਵੇਖੀ। ਤੇ ਨਿਆਣਿਆਂ ਦੀਆਂ ਛੁੱਟੀਆਂ ਸਾਰੀ ਇੱਦਾਂ ਲੰਘ ਜਾਣੀਆਂ ਨਾ। ਤੈਨੂੰ ਮੈਂ ਕਿਹਾ ਵੀ 2-4 ਦਿਨ ਹੈਗੇ ਨੇ ਕੰਮ ਦੇ, ਕੰਮ ਮੁੱਕਲਾ ਤੇ ਮੈਂ ਤੈਨੂੰ ਛੱਡ ਆਊਂਗਾ, ਰਹਿ ਵੀ 4 ਦਿਨ ਪਹਿਲਾਂ ਲਾ ਲਈ ਚਾਹ ਪੂਰਾ ਆਪਣਾ ਜੋ ਕਰਨਾ ਕਰ ਲਈ। ਸਰੀ ਤੁਹਾਨੂੰ ਨੀ ਪਤਾ, ਮੰਮੀ ਰੋਜ਼ ਫੋਨ ਕਰਦੇ ਆ, ਕਹਿੰਦੇ ਭਾਬੀ ਤੇਰੀ ਗਈ ਹੈ ਪੇਕੇ, ਤੂੰ ਵੀ 4 ਦਿਨ ਆ ਜਾ। ਯਾਰ ਮੰਮੀ ਨੂੰ ਕੀ ਪਤਾ, ਮੰਮੀ ਨੂੰ ਨੀ ਪਤਾ ਵੀ ਕੰਮ ਆ, ਤੁਹਾਡੀ ਤਾਂ ਉੱਥੇ ਕਾਲੀ ਬੁਨਾ ਹੈ ਨੀ, ਉਹਨਾਂ ਨੂੰ ਕੀ ਪਤਾ ਵੀ ਜੱਟਾਂ ਦੇ ਕੰਮ ਕਿੱਦਾਂ ਦੇ ਹੁੰਦੇ ਆ, ਇੱਥੇ ਤੇਰੇ ਸਾਹਮਣੇ ਸਿਰ ਖੁਰਕਣ ਦਾ ਟਾਈਮ ਨਹੀਂ ਹੈਗਾ, ਕਦੀ ਉੱਧਰ ਜਾ ਕਦੀ ਉੱਧਰ ਜਾ ਕਦੀ ਉੱਧਰ ਜਾ, ਉਹਨਾਂ ਨੂੰ ਬਸ ਉਹ ਆ ਵੀ ਆ ਜਾ ਆ ਜਾ ਆ ਜਾ, ਕੋਈ ਨੀ ਰੁਕ ਜਾ 4 ਦਿਨ ਮੋਕਲਾਂ ਦੇ ਕੰਮ ਤੈਨੂੰ ਮੈਂ ਛੱਡਾਂਗਾ। ਚਲ ਠੀਕ ਆ, ਨਹੀਂ ਛੱਡਣ ਜਾਣ ਤਾਂ ਨਾ ਛੱਡਣ ਜਾਓ, ਮੇਰੇ ਨਾਲ ਆਖੇ ਨਾ ਹੋ ਪੋਤੇ, ਉਹ ਛੱਡਾਂਗਾ ਤੈਨੂੰ। ਯਾਰ ਇੱਕ ਦੇ ਇਹਨੂੰ ਕੱਖ ਨਹੀਂ, ਜਨਾਨੀਆਂ ਦਾ ਵੀ ਕੁੱਖ ਹੱਲ ਨਹੀਂ ਆ, ਮੈਨੂੰ ਸਾਡਾ ਉਹ ਪੇਕੇ ਸਾਡਾ ਉਹ ਸਾਡਾ, ਬਸ ਇਹਨਾਂ ਨੂੰ ਹੋਰ ਕੋਈ ਕੰਮ ਪਤਾ ਨਹੀਂ, ਕੰਮ ਕਾਰ ਦੇ ਦਿਨ ਵਾ ਕੀ ਕਰਨ ਡਿਆ ਬੰਦਾ ਕੀ ਨਹੀਂ, ਇਹਨਾਂ ਨੂੰ ਬਸ ਇੱਕੋ ਹੀ ਆ, ਮੈਨੂੰ ਸਾਡਾ ਉਹ ਸਾਡਾ। ਚੱਲ ਠੀਕ ਆ, ਜਿਹੜੀ ਪਿਆਲਣੀ ਚਾਹ ਤੂੰ ਪਿਆਲਦੀ, ਮੈਂ ਚੱਲਿਆ ਮੇਰੇ ਵਾਲੀ ਮੋਟਰ ਤੇ ਫੋਨ ਨਾ ਕਰਿਓ ਮੈਨੂੰ, ਮੈਂ ਰਾਤ ਨੂੰ ਆਉਣਾ ਹੀ ਹੋ। ਹਾਏ ਨੀ ਜਸ਼ ਸੇਤੀ ਕਰ, ਇਹਦਾ ਤਾਂ ਭਾਰੀ ਬੜਾ ਖੱਤੀ ਦਾ, ਹਰ ਕੀ ਖਾਂਦੀ ਰਹੀ ਹੈ। ਕੋਈ ਨੀ ਮੰਮੀ, ਇੱਥੋਂ ਤੱਕ ਤਾਂ ਜਾਣਾ ਵਾ, ਇੱਥੇ ਕਿਹੜਾ ਆਪਾਂ ਨੂੰ ਕੋਈ ਜਾਣਦਾ ਵਾ, ਮੈਂ ਕਹਿੰਦੀ ਇੱਥੇ ਨੂੰ ਦੱਬ ਦਈਏ, ਇੱਥੇ ਖੋ ਜਾ। ਆਵੇ ਆਲੇ ਦੁਆਲੇ ਸੁੰਨ ਮਸਾਨ ਪਈ ਆ, ਕੋਈ ਜੀ ਪਰਿੰਦਾ ਨੀਗਾ ਦਿਖਦਾ, ਇੱਥੇ ਨੱਪ ਦਈਏ ਇਹਨੂੰ। ਮੰਮੀ ਆਹ ਵੇਖੋ ਕਈ ਵੀ ਪਈ ਆ, ਕਿਸੇ ਦੀ ਮੈਨੂੰ ਲੱਗਦਾ ਇੱਥੇ ਛੱਡ ਕੇ ਗਿਆ ਹੋਣਾ ਵਾ, ਚੱਲ ਚੱਕੀਏ ਤੇ ਹੁਣ ਹਿੰਮਤ ਕਰਨੀ ਪੈਣੀ, ਆ ਜਾ ਆ ਜਾ। ਚੱਲ ਇੱਥੇ ਰਾਤ ਪਈ ਆ, ਕਿਹੜਾ ਸਾਨੂੰ ਕੋਈ ਵੇਖਣ ਡਿਆ ਵਾ, ਇੱਥੇ ਦੱਬ ਕੇ ਇਹਨੂੰ ਤੇ ਗਾਂ ਜਾਈਏ ਪਰੇ, ਬਹੁਤ ਛੇਤੀ ਕਰੋ, ਮਾਰ ਚੁੱਕ ਕੇ ਇਹਨੂੰ ਟੋਏ ਵਿੱਚ, ਟੋਆ ਕੱਢ ਤੈਨੂੰ ਮਾਰ ਗਏ। ਮੈਨੂੰ ਲੱਗਦਾ ਵੀ ਦੱਬਣ ਦੀਆਂ ਵਾ ਕੁੜੀ ਆ ਕਿ ਜਨਾਨੀ, ਕੁੜੀ ਲੱਗਦੀ ਆ ਚੂੜਾ ਪਾਇਆ ਹੱਥੀ, ਜਾਵਾਂ ਕਿ ਨਾ ਜਾਵਾਂ ਯਾਰ, ਦਵਾ ਘਰ ਆਵੇ ਸੌਂ ਗਿਆ, ਮੈਨੂੰ ਉੱਥੇ ਬੋਲਣਾ ਬਾਅਦ ਚੋਂ ਵਿਹਲਾਂ ਜਦੋਂ ਜਾਂਦੀ ਆ ਕੀ ਆ। ਕੁੜੀ ਲੱਗਦਾ ਦੱਬ ਕੇ ਆ ਤੇ ਕੀ ਕਰਾਂ, ਕੱਲੇ ਨੇ ਤੇ ਮੈਂ ਜਾਣਾ ਨੀ, ਮੈਂ ਬੰਦਾ ਵਾ, ਕਿੱਦਾਂ ਕਰਦਾ ਵਾ, ਸਰਨ ਨੂੰ ਕਰਦਾ ਫੋਨ ਜੇ ਕਿਤੇ ਜਾਨ ਬਾਜੇ ਤੇ ਹੋਰ ਕੀ ਚਾਹੀਦਾ ਯਾਰ।
ਹੈਲੋ ਸਰਨਾ, ਉਹ ਇੱਥੇ ਆ ਜਲਦੀ ਬੰਬੀ ਤੇ ਮੇਰੇ ਵਾਲੀ ਤੇ। ਇੱਥੇ ਯਾਰ ਪਤਾ ਨਹੀਂ ਜਨਾਨੀਆਂ ਸੀ ਦੋ ਤੇ ਉਹ ਇੱਥੇ ਕੋਈ ਦੱਬਿਆ ਵਾ, ਕੁੜੀ ਦੱਬ ਕੇ ਗਏ ਲੱਗਦਾ, ਤੇ ਤੂੰ ਇੱਦਾਂ ਕਰ ਜਲਦੀ ਆ, ਮਿੰਟੋ ਮਿੰਟ ਹੀ ਆ ਜਲਦੀ ਇੱਥੇ, ਵੇਖੀਏ ਭਲਾ ਕੀ ਆ। ਚਲ ਆ ਹੀ ਲੈਂਦੇ ਹੁਣ ਫੇਰ ਹੀ ਜਾਂਦੇ। ਚੋਰੀ ਆਪਣੇ ਵੱਲੋਂ ਨੱਪ ਕੇ ਗਈਆਂ ਵਾ, ਮੈਂ ਵੇਖ ਲਿਆ, ਉਹਨਾਂ ਨੂੰ ਨੀ ਪਤਾ ਮੈਂ ਵੇਖ ਲਿਆ ਵਾ। ਕੀ ਪਤਾ ਕਿਹੜੀ ਗਲਤੀ ਕਰਕੇ ਆਈ ਜਿਹੜੀ ਨੱਪ ਗਈਆਂ ਇਹਨੂੰ, ਮੁੜ ਕੇ ਅਸੀਂ ਫਸ ਜਾਂਗੇ ਕੱਲ ਨੂੰ। ਤੇ ਓਦਾਂ ਵੀ ਅਸੀਂ ਫਸਣਾ ਵਾ, ਸਾਡੀ ਪਾਲੀ ਚ ਤੇ ਨੱਪ ਕੇ ਗਈਆਂ ਵਾ, ਇਹਨੂੰ ਵੇਖ ਤੂੰ ਜਿੰਦੀ ਆ, ਸਾਹ ਚੱਲਣ ਡੇ ਮੈਨੂੰ ਲੱਗਦਾ, ਇਹਨੂੰ ਚੁੱਕ ਕੇ ਘਰ ਖੜੀਏ, ਪਾਣੀ ਪੂਣੀ ਪੈ ਲਈਏ, ਫਿਰ ਵਹਿੰਦੇ ਹਾਂ ਬਾਅਦ ਚੋਂ। ਪਾਣੀ ਲਿਆ, ਪਾਣੀ ਲਿਆ, ਪਾਣੀ ਲਿਆ, ਜਲਦੀ ਲਿਆ ਪਾਣੀ, ਪਾਣੀ ਪਿਆ ਪਾਣੀ। ਸਨੀ ਇਹ ਤਾਂ ਪਾਣੀ ਵੀ ਨਹੀਂ ਪੀਂਦੀ ਲੱਗਦਾ, ਮਰ ਗਈ ਆ। ਓਏ ਨਹੀਂ ਮਰੀ, ਨਬਜ਼ ਚੱਲਣ ਡੀ ਆ, ਤੂੰ ਪਾਣੀ ਪਾ, ਰੋਲੀ ਪਈ ਆ। ਮੈਂ ਡਾਕਟਰ ਨੂੰ ਫੋਨ ਕਰਦਾ, ਮੈਂ ਡਾਕਟਰ ਨੂੰ ਕਰਦਾ ਫੋਨ, ਨਬਜ਼ ਚੱਲਣ ਡੀ ਆ। ਮਕਸਦ ਨਾ ਮਾਰਿਆ ਵਾ, ਉਹ ਤਾਂ ਥਾਂ ਥਾਂ ਲੱਗ ਗਈ ਆ, ਤੁਹਾਨੂੰ ਮਰ ਗਈ ਆ, ਕੀ ਕਰੀਏ। ਇਹ ਆ ਵੀ ਹੁਣ ਡਰੋ ਨਾ, ਜਿੰਨਾ ਤੁਸੀਂ ਏਦਾਂ ਡਰਨ ਡੇ ਆ, ਏਦਾਂ ਸਗੋਂ ਜ਼ਿਆਦਾ ਪਤਾ ਲੱਗਣਾ ਵਾ ਲੋਕਾਂ ਨੂੰ। ਹਾਏ, ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ, ਤੇਰੇ ਭਰਾ ਨੂੰ ਪਤਾ ਲੱਗ ਗਿਆ, ਆਪਾਂ ਕੀ ਕਰਾਂਗੇ? ਇਹ ਬੱਜੀਆਂ ਨਹੀਂ ਛੱਡਣਾ। ਮੰਮੀ ਉਹਨਾਂ ਨੂੰ ਦੱਸਣਾ ਕਹਿੰਦੇ ਆ, ਜੇ ਤੁਸੀਂ ਏਦਾਂ ਕਰਦੇ ਰਹੇ, ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਵਾ, ਆਪੇ ਕਹਾਂਗੇ, ਸਾਨੂੰ ਨਹੀਂ ਪਤਾ ਕਿੱਥੇ ਗਈ ਆ, ਸਾਡੇ ਨਾਲ ਕਿਹੜਾ ਉਹਦੀ ਬਣਦੀ ਆ, ਅਸੀਂ ਕਿਹੜਾ ਉਹਨੂੰ ਬੁਲਾਉਂਦੇ ਆ ਨਾਲੇ। ਜੇ ਚੰਗੀ ਚੰਗੀ ਮੇਰੇ ਨਾਲ ਤੁਰ ਪੈਂਦੀ ਤੇ ਨਾ ਹੀ ਸਿਆਪਾ ਪੈਂਦਾ ਅੰਤਰਾ। ਤੁਸੀਂ ਤੇ ਚੰਗੇ ਨੂੰ ਕਿਹਾ ਸੀਗਾ, ਹੁਣ ਉਹਦੀ ਮੱਤ ਤੇ ਬੜਦਾ ਪਿਆ ਸੀ, ਅਸੀਂ ਕੀ ਕਰਦੇ। ਸਹੀ ਗੱਲ ਆ, ਪਰ ਨਾ ਮੇਰਾ ਮਨ ਬੜਾ ਡਰਨ ਡਿਆ। ਕੋਈ ਨੀ, ਡਰੋ ਨਾ ਤੁਸੀਂ, ਜ਼ਿਆਦਾ ਇੱਦਾਂ ਦੇ ਜੇ ਇੱਦਾਂ ਹੀ ਰਹੇ ਨਾ, ਤੇ ਫਿਰ ਤਾਂ ਪੱਕਾ ਸ਼ੱਕ ਪੈ ਜਾਣਾ ਉਹਨਾਂ ਨੂੰ ਵੀ, ਹਾਂ ਵੀ ਅਸੀਂ ਕੁਛ ਨਾ ਕੁਛ ਕੀਤਾ ਵਾ। ਸਹੀ ਤਰੀਕ ਕਹਾਂਗੇ ਆਪਾਂ ਉਹਨੂੰ, ਕਿਉਂ ਵੀ ਸਾਨੂੰ ਨੀ ਪਤਾ ਕਿੱਥੇ ਗਈ ਆ, ਬੈਗ 'ਚ ਕੱਪੜੇ ਪਾ ਕੇ ਗਈ, ਸਾਨੂੰ ਕਿਹੜਾ ਦੱਸ ਕੇ ਜਾਂਦੀ ਆ ਉਹ। ਉਹਦਾ ਇੱਕ ਗੱਲ ਵਾ, ਇਹ ਫੋਨ ਕਰਦੀ ਸੀ, ਉਹਨੂੰ ਪੁੱਛਣ ਡਈ ਸੀ ਮੈਂ ਪਿੰਡ ਜਾਣਾ ਵਾ, ਚੱਲ ਜਾ, ਤਾਂ ਉਹਨੇ ਕਿਹਾ ਵੀ ਦਿੱਤਾ ਸੀ ਚੱਲ ਜਾ, ਤੇ ਆਪਾਂ ਕਹਾਂਗੇ ਤੈਨੂੰ ਪੁੱਛ ਕੇ ਗਈ, ਸਾਨੂੰ ਕੀ ਪਤਾ ਵਾ। ਆਹੋ, ਸਾਨੂੰ ਕਿਹੜਾ ਬੁਲਾਉਂਦੀ ਆ, ਸਿੱਧੇ ਮੂੰਹ ਤਾਂ ਬੋਲਦੀ ਨੀ ਕਿਸੇ ਦੇ ਨਾਲ। ਕੋਈ ਨਾ, ਤੁਸੀਂ ਕਿਹੋ ਸਾਨੂੰ ਨੀ ਪਤਾ ਹੈਗਾ ਕਿੱਥੇ ਗਈ ਹੈ।